ਜਿਵੇਂ ਤੁਹਾਨੂੰ ਅੱਜ ਤੋਂ 6 ਤੋਂ 7 ਸਾਲ ਪਹਿਲਾਂ ਸਕਰੀਨ ਤੇ ਦੇਖਿਆ ਅੱਜ ਵੀ ਉਦਾਂ ਹੀ ਹੋ ਤਾਂ ਬਹੁਤ ਘੱਟ ਹੁੰਦਾ ਇਦਾਂ ਬਹੁਤ ਸੋਹਣੀਆਂ ਸੋਹਣੀਆਂ ਫੈਸਿਲਿਟੀਆਂ ਮਿਲਣਗੀਆਂ ਹਨਾ ਨੇਲਸ ਹੇਅਰ ਕੱਟਸ ਹੇਅਰ ਕਲਰਸ ਬਹੁਤ ਕੁਝ ਹੈ ਤੇ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਸਾਰੇ ਜਣੇ ਜੀ ਮਤਲਬ ਸੋਹਣੇ ਸੋਹਣੇ ਲੋਕ ਆਉਣ ਹੋਰ ਸੋਹਣੇ ਬਣ ਕੇ ਜਾਣ ਸੋਹਣੇ ਬਣ ਕੇ ਜਾਇਓ ਕਿ ਜਦੋਂ ਸਿੰਗਿੰਗ ਦੀ ਗੱਲ ਹੁੰਦੀ ਹੈ ਇਹੋ ਜਿਹਾ ਕੀ ਤੁਹਾਡੇ ਮਾਈਂਡ 'ਚ ਹਿੱਟ ਹੁੰਦਾ ਆ ਜੇ ਗਾਣੇ ਦੀ ਗੱਲ ਕਰੋ ਕਿਹੜਾ ਗਾਣਾ ਜਿਹੜਾ ਆਪਣੇ ਦਿਲ ਤੇ ਲੱਗਦਾ ਹਾਏ ਡਰਦੇ ਆ ਕਿਤੇ ਛੱਡ ਨਾ ਜਾਵੀਂ ਮੁੜ ਕੇ ਜੀ ਨਹੀਂ ਲੱਗਣਾ ਵੇ ਤਾਂਯੋ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਵੇ ਤਾਂਯੋ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਹਾਏ ਡਰਦੇ ਆ ਕਿਤੇ ਛੱਡ ਨਾ ਜਾਵੀਂ ਸਤਿ ਸ਼੍ਰੀ ਅਕਾਲ ਜੀ ਜਿਸ ਤਰੀਕੇ ਦੇ ਨਾਲ ਅਸੀਂ ਤੁਹਾਨੂੰ ਦਿਖਾਇਆ ਕਿ ਅਡੋਰ ਲਗਜ਼ਰੀ ਸਲੂਨ ਦੇ ਵਿੱਚ ਅਸੀਂ ਪਹੁੰਚੇ ਹਾਂ ਅਤੇ ਇੱਥੇ ਕਾਫੀ ਸਾਰੇ ਅਜਿਹੇ ਲੋਕ ਆ ਰਹੇ ਨੇ ਜਿਨ੍ਹਾਂ ਨੂੰ ਤੁਸੀਂ ਸੁਣਿਆ ਹੋਏਗਾ ਜਿਨ੍ਹਾਂ ਦੀ ਆਵਾਜ਼ ਬਾ ਕਮਾਲ ਹੈ ਤਾਂ ਇਸੇ ਤਰ੍ਹਾਂ ਹੀ ਸਾਡੇ ਨਾਲ ਇਸ ਵੇਲੇ ਸਲੀਨਾ ਸ਼ੈਲੀ ਜੀ ਮੌਜੂਦ ਨੇ ਜਿਨ੍ਹਾਂ ਦੀ ਆਵਾਜ਼ ਦਾ ਹਰ ਕੋਈ ਦੀਵਾਨਾ ਸੀ ਕਿਸੇ ਵੇਲੇ ਇਹਨਾਂ ਦਾ ਇੱਕ ਗਾਣਾ ਅਜਿਹਾ ਫੇਮਸ ਹੋਇਆ ਸੀ ਕਿ ਹਰ ਕਿਸੇ ਦੇ ਮੂੰਹ 'ਤੇ ਉਹ ਬੋਲ ਸੀਗੇ ਤਾਂ ਗਾਣਾ ਤਾਂ ਮੈਂ ਸੁਣਾਂਗੀ ਪਹਿਲਾਂ ਮੈਂ ਸਵਾਗਤ ਕਰਾਂਗੀ ਉਹਨਾਂ ਦਾ ਸਵਾਗਤ ਹੈ ਮੈਮ ਥੈਂਕ ਯੂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਮੈਂ ਕਹਿਣਾ ਚਾਹੂੰਗੀ ਜਿਵੇਂ ਤੁਹਾਨੂੰ ਅੱਜ ਤੋਂ 6 ਤੋਂ 7 ਸਾਲ ਪਹਿਲਾਂ ਸਕਰੀਨ ਤੇ ਦੇਖਿਆ ਅੱਜ ਵੀ ਉਦਾਂ ਹੀ ਹੋ ਤਾਂ ਬਹੁਤ ਘੱਟ ਹੁੰਦਾ ਇਦਾਂ ਨਹੀਂ ਮਿਲਾ ਤਾਂ ਉਹਦੇ ਤਾਂ ਨਹੀਂ ਹੈਗੀ ਉਹ ਤਾਂ ਬਾੜੀ ਬੱਚੀ ਸੀ ਮੈਂ ਨਹੀਂ ਨਹੀਂ ਮੈਮ ਬਟ ਬਿਊਟੀ ਦੀ ਗੱਲ ਕਰੋ ਬਿਊਟੀ ਤਾਂ ਉਨੀ ਹੀ ਹੈ ਥੈਂਕ ਯੂ ਸੋ ਤੁਸੀਂ ਅੱਜ ਇੱਥੇ ਪਹੁੰਚੇ ਹੋ ਸਲੂਨ ਦੀ ਓਪਨਿੰਗ ਤੇ ਤੁਸੀਂ ਆਏ ਹੋ ਤਾਂ ਕਿਵੇਂ ਦਾ ਲੱਗ ਰਿਹਾ ਕਿਵੇਂ ਦਾ ਐਂਬੀਅੰਸ ਲੱਗਾ ਬਹੁਤ ਸੋਹਣਾ ਸਾਡੀ ਭੈਣ ਦਾ ਸਲੂਨ ਖੁੱਲਿਆ ਐਡੋਰ 70 ਸੈਕਟਰ ਦੇ ਵਿੱਚ ਅਤੇ ਬਹੁਤ ਸੋਹਣਾ ਬਣਾਇਆ ਮੈਂ ਪਹਿਲੀ ਵਾਰੀ ਆਈ ਹਾਂ ਹੈ ਨਾ ਇੱਥੇ ਮੈਂ ਲੇਟ ਹੋ ਗਈ ਹਾਲੇ ਥੋੜ੍ਹੀ ਜਿਹੀ ਅਤੇ ਬਾਕੀ ਜਿੰਨੇ ਵੀ ਮੋਹਾਲੀ ਵਾਲੇ ਨੇ ਉੱਥੇ ਜ਼ਰੂਰ ਆਇਓ ਤੁਹਾਨੂੰ ਬਹੁਤ ਸੋਹਣੀਆਂ ਸੋਹਣੀਆਂ ਫੈਸਿਲਿਟੀਜ਼ ਮਿਲਣਗੀਆਂ ਹੈ ਨਾ ਨੇਲਸ ਹੇਅਰ ਕੱਟਸ ਹੇਅਰ ਕਲਰਸ ਬਹੁਤ ਕੁਛ ਹੈ ਇੱਥੇ ਜ਼ਰੂਰ ਵਿਜ਼ਿਟ ਕਰਿਓ ਤੁਸੀਂ ਸਾਰੇ ਜਣੇ ਜੀ ਮਤਲਬ ਸੋਹਣੇ ਸੋਹਣੇ ਲੋਕ ਆਉਣ ਹੋਰ ਸੋਹਣੇ ਬਣ ਕੇ ਜਾਣ ਸੋਹਣੇ ਬਣ ਕੇ ਜਾਇਓ ਅਤੇ ਅਮਨ ਮੈਮ ਮੈਂ ਜਾਣਨਾ ਚਾਹੂੰਗੀ ਕਿਵੇਂ ਦਾ ਲੱਗ ਰਿਹਾ ਤੁਹਾਨੂੰ ਬਹੁਤ ਸਾਰੀਆਂ ਵਿਸ਼ਿਜ਼ ਮਿਲ ਰਹੀਆਂ ਨੇ ਬਹੁਤ ਅੱਛਾ ਲੱਗ ਰਿਹਾ ਮੈਮ ਜੀ ਸੋਚਿਆ ਸੀ ਕਿ ਜੋ ਤੁਸੀਂ ਸਟਾਰਟਅਪ ਕਰ ਰਹੇ ਹੋ ਉਹ ਇਸ ਤਰੀਕੇ ਦੇ ਨਾਲ ਹੋਏਗਾ ਇੰਨਾ ਪਿਆਰ ਤੁਹਾਨੂੰ ਮਿਲੇਗਾ ਹਾਂਜੀ ਮੈਮ ਭੈਣ ਵਾਲੀ ਸੰਗਦੀ ਆ ਸੋ ਮੈਮ ਜਿਸ ਤਰੀਕੇ ਦੇ ਨਾਲ ਤੁਹਾਡੀ ਆਵਾਜ਼ ਕਾਫੀ ਜ਼ਿਆਦਾ ਲੋਕ ਪਸੰਦ ਕਰਦੇ ਨੇ ਗਾਣਾ ਤੁਹਾਡਾ ਕਾਫੀ ਜ਼ਿਆਦਾ ਫੇਮਸ ਹੈ ਦੋ ਲਾਈਨਾਂ ਮੈਂ ਉਹਦੀਆਂ ਜ਼ਰੂਰ ਸੁਣਨਾ ਚਾਹੂੰਗੀ ਕਿ ਜੋ ਲੋਕ ਇੰਨੇ ਸਾਲ ਪਹਿਲਾਂ ਪਸੰਦ ਕਰਦੇ ਸੀ ਅੱਜ ਵੀ ਉਹ ਗਾਣਾ ਉਹਨਾਂ ਦੇ ਜ਼ਿਹਨ ਦੇ ਵਿੱਚ ਹੈ ਤਾਂ ਮੈਂ ਜ਼ਰੂਰ ਉਹ ਸੁਣਨਾ ਚਾਹੂੰਗੀ ਦੋ ਲਾਈਨਾਂ ਸੁਣਾਓਗੇ ਨਹੀਂ ਨਹੀਂ ਮੈਮ ਦੋ ਲਾਈਨਾਂ ਨਹੀਂ ਬਿਲਕੁਲ ਨਹੀਂ ਰਹਿਣਾ ਹੈ ਤੂੰ ਅੜੀਆਂ ਪਗਾਉਣ ਤੇ ਮੁੱਕ ਚੱਲੀ ਜਿੰਦ ਮੇਰੀ ਰੁੱਸੇ ਨੂੰ ਮਨਾਉਣ ਤੇ ਦਿਲ ਤੋੜਦਾ ਰਹਿਣੇ ਵੇ ਕੋਈ ਲਾਰਾਈ ਬੁਣ ਲਿਆ ਕਰ ਸੁਣ ਸਾਹਵਰ ਕੇ ਆਵੇ ਕੋਈ ਗੱਲ ਤਾਂ ਸੁਣ ਲਿਆ ਕਰ ਮੈਮ ਬਹੁਤ ਸੋਹਣਾ ਗਾਣਾ ਹੈ ਤੇ ਮੈਂ ਦੋ ਲਾਈਨਾਂ ਨਹੀਂ ਮੈਂ ਹੋਰ ਸੁਣਨਾ ਚਾਹੂੰਗੀ ਨਹੀਂ ਨਹੀਂ ਮੈਮ ਮੈਂ ਹੋਰ ਸੁਣਨਾ ਚਾਹੂੰਗੀ ਕੋਈ ਹੋਰ ਗਾਣਾ ਜਦੋਂ ਕਿਉਂਕਿ ਇੱਕ ਸਿੰਗਰ ਜਦੋਂ ਗਾਉਂਦਾ ਹੈ ਤਾਂ ਗਾਣ ਲੱਗੇ ਉਹਨੂੰ ਖੁਦ ਨੂੰ ਨਹੀਂ ਪਤਾ ਲੱਗਦਾ ਕਿ ਜਦੋਂ ਸਿੰਗਿੰਗ ਦੀ ਗੱਲ ਹੁੰਦੀ ਹੈ ਇਹੋ ਜਿਹਾ ਕੀ ਤੁਹਾਡੇ ਮਾਈਂਡ 'ਚ ਹਿੱਟ ਹੁੰਦਾ ਆ ਜੇ ਗਾਣੇ ਦੀ ਗੱਲ ਕਰੋ ਕਿਹੜਾ ਗਾਣਾ ਜਿਹੜਾ ਆਪਣੇ ਦਿਲ 'ਤੇ ਲੱਗਦਾ ਦਿਲ 'ਤੇ ਤਾਂ ਨਹੀਂ ਲੱਗਦਾ ਪਰ ਮੇਰਾ ਜਿਵੇਂ ਗਾਣਾ ਉਦੋਂ ਜਿਹੜੇ ਵਾਇਰਲ ਹੋਏ ਹੈ ਨਾ ਉਹ ਵੀਡੀਓਜ਼ ਅਤੇ ਉਹ 'ਚੋਂ ਸੀਗਾ ਇੱਕ ਹੋ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ ਹਾਏ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ ਮੁੜ ਕੇ ਜੀ ਨਹੀਂ ਲੱਗਣਾ ਵੇ ਤਾਂਯੋ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਵੇ ਤਾਂਯੋ ਤਾਂ ਤੇਰੀ ਹਰ ਗੱਲ ਮੰਨਣੀ ਪੈਂਦੀ ਐ ਸੱਜਣਾ ਹਾਏ ਡਰਦੇ ਹਾਂ ਕਿਤੇ ਛੱਡ ਨਾ ਜਾਵੀਂ
बहुत सोहना गाना है, आवाज़ बहुत प्यारी है। जिस तरीके दे नाल ये गाना जो आया इन्हों का तो लोग काफ़ी ज़्यादा लोगों के वालों पसंद किया गया सी, तो अज भी लोगों के जहन दे विच वो है। तो मैं चाहूँगी इसी तरीके दे नाल तुसी अगे वधदे रहो, बुलंदियां ते रहो।